ਮਾਹੌਲ ਵੀ ਬਿਹਤਰ ਹੋ ਜਾਏਗਾ, ਆਵਣ ਵਾਲੇ ਬੰਦਿਆਂ ਵਾਸਤੇ ਜਗ੍ਹਾ ਬਚਣ ਦੀ ਮਿਹਰਬਾਨੀ ਕਰੋ, ਤਾਂ ਅੱਗੇ ਆਓ ਉੱਠ ਕੇ ਆਉਣਾ ਜੇ, ਬੈਠਿਆਂ ਛਾਲਾਂ ਮਾਰਿਆਂ ਕੰਮ ਨਹੀਂ ਆਉਣਾ ਡੇਟ ਵੱਲ, ਉੱਠਿਓ ਮਿਹਰਬਾਨੀ ਕਰਿਓ। ਕੋਨੀਓ ਨੌਜਵਾਨ ਹੋ, ਲਿਸਟ ਮੈਂ ਪੜ੍ਹ ਛੜੀ ਹੈ, ਜਿਹੜੀ ਪੜ੍ਹਨੀ ਤੁਸੀਂ ਸੁਣ ਲਈ ਹੈ, ਹੁਣ ਅੱਲਾ ਖੈਰ ਕਰੇ ਸ਼ਹਿਰਾਂ ਦੇ ਤੋਂ ਪਹਿਲੇ ਕੋਸ਼ਿਸ਼ ਕਰਾਂਗੇ ਇੱਕ ਦੀ ਪੜ੍ਹਨ ਦੀ। ਅੱਗੇ ਆ ਜਾਓ, ਮੇਰੀ ਗੱਲ ਸੁਣੋ, ਇੱਧਰ ਸਪੀਕਰ 'ਚ ਪੈਣ ਅੱਗੇ ਆਓ, ਉੱਠ ਖਲਵੋ ਤਾਂ ਕੁਝ ਨਹੀਂ ਜੀ ਹੁੰਦਾ, ਲੋਚ ਸਾਹਿਬ ਕੱਖ ਨਹੀਂ ਤੁਹਾਨੂੰ ਆਖਣ ਲੱਗੇ। ਆ ਜਾਓ ਅੱਗੇ, ਮਿਹਰਬਾਨੀ ਕਰੋ ਜੀ। ਠੀਕ ਠੀਕ, ਦੁਆ ਜ਼ਹੂਰ ਵਾਰਿਸ ਜ਼ਮਾਨਾ ਅਲੈਹਿ ਸਲਾਤੁ ਵਸਲਾਮ। ਔਜ਼ ਬਿਲਲਾਹ ਮਿਨਸ਼ ਸ਼ੈਤਾਨ ਰਜੀਮ, ਅੱਲਾ ਇਬਾਦਤ ਕਬੂਲ ਫਰਮਾਵੇ, ਹਾਜ਼ਰੀਨ ਦੇ ਅੱਲਾ ਗੁਨਾਹ ਮਾਫ ਫਰਮਾਵੇ। ਤੁਸੀਂ ਬਜ਼ੁਰਗ ਜਵਾਨ, ਜਿਤਨੇ ਜਿਤਨੇ ਕਦਮ ਚੱਲ ਕੇ ਹੋ, ਮਾਲਿਕ ਇਬਾਦਤ ਕਬੂਲ ਕਰੇ। ਖੁਦਾ ਦੀ, ਅੱਲਾਹ ਦੀ, ਬੇਨਿਆਜ਼ ਮਾਲਿਕ ਦੀ ਕਾਇਨਾਤ ਵਿੱਚ ਕਿਸਮੋ ਕਿਸਮ ਦੇ ਲੋਕ ਗੁਜ਼ਰੇ ਨੇ, ਕਿਸਮੋ ਕਿਸਮ ਦੇ ਥੋੜ੍ਹੇ ਜਿਹੇ ਹੋ ਗਏ ਲੋਕ ਗੁਜ਼ਰੇ ਨੇ। ਕਿਸਮ ਦੇ ਬੋਲੋ, ਸਿਰ ਨਾ ਲਓ, ਬੋਲੋ ਕਿਸਮ ਕਿਸਮ ਦੇ, ਅਮੀਰ ਗਰੀਬ, ਛੋਟੇ ਬੇਟੇ ਸਿਹਤਮੰਦ, ਬੀਮਾਰ, ਤਾਕਤਵਰ, ਕਮਜ਼ੋਰ, ਤਵੱਜੋ ਹੈ,
عقل مند بے وقوف. لیکن جو میں پڑھنا ہے ملک یمن دا وسدا ایک سوداگر مر گیا. کون مر گیا؟ سوداگر تاجر وپاری کہہ سکتے ہو؟ تاجر وپاری. چلو چھوٹے بیٹے تھوڑی سمجھ آ رہی کون مر گیا؟ وپاری تاجر مر گیا. کتوں دا وسدا؟ یمن. بول دیو کتوں دا؟ یمن. اے دے ٹر جان تو بعد جائیداد تے وارث دو پتر. کنے پتر؟ چندہ پتر. اس بولے جی کنے پتر؟ دو پتر. پیو دے بابے دے ٹر جان تو بعد انہاں دا آپس وچ کسے گل تو جھگڑا شروع ہو گیا. کشیدگی کش مکش شروع ہو گئی دوواں دے وچ. علاقے دے کافی سارے شرفا انہاں دے کول چل کے آئے. آخدن لڑدے پئے ہو. لڑنا اچھی بات نہیں. نالے جڑے چنگیاں دے چنگے ہوویں او آپس وچ لڑدے چنگے نہیں لگدے. چنگیاں دے چنگے لڑ دے چنگے نہیں لگ. کیوں لڑ دے ہو؟ تہاڈا رزق تہاڈی جائیداد نصف نصف ادھو ادھ تقسیم کر دے ہو. جھگڑا مک جیسا تقسیم تے آمادہ ہوئے مال ونڈیون لگ گیا. چھوٹا وڈے ال ویکھیا تے بھائی ساڈے بابے دے کول ایک صندوقچی ہوندی ہے جنوں ہر ویلے بابا کول رکھدا ہے. اللہ جانے او دے وچ کتنا قیمتی مال ہے. ساڈی تقسیم وچ او صندوقچی نہیں آئی. موجیاں والے او دی تلاش شروع کیتی. کچھ عرصے تو بعد او ملی. او دا تالا توڑیا ویکھیا وچ ایک رومال ہے نال ایک چمڑے دا ٹکڑا ہے. رومال دی تاہے الٹی ویکھا وچ ایک وال ہے تے جڑا چمڑے دا ٹکڑا ہے نا اودے تے لکھیا ہویا ہے عام وال نہیں محمد مصطفیٰ دی زلف دا وال ہے. عام وال نہیں محمد مصطفیٰ دی بول دیو زلف. چھوٹا وڈے ال ویکھ کے تے بھائی چھری منگا. کی منگا؟ چھری. جویں باقی مال ونڈی وے اس وال تے چھری چلا. وڈا چھوٹے ال ویکھ کے تے بھائی میں تیری منت کرداں تو میرے کول 5000 دینار لے لے لیکن میرے اکھاں دے 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 محمد دے وال تے چھری نہ چلا. 5000 دینار لے لے اکھاں دے ویدیاں محمد دے وال تے چھری نہ چلا. تو چھوٹے ضد کیتی. چاچا کے کیتا؟ ضد. چھوٹے بیٹے ضد کی تو آخد لازمی چھری چلانی ہے. وڈا دے بھائی 5000 تھوڑا ہے تو 10000 لے لے. 10 تھوڑا ہے 15 لے لے. 15 تھوڑا ہے تو 20 لے لے. لیکن میری گل سن 20000 دینار وڈا آخد اس وال دی قیمت نہیں تیری کم عقلی دا مل ہے. اس وال دا مل نہیں تیری کم عقلی دا مل ہے.
ਛੋਟੇ ਜ਼ਿੱਦ ਕੀਤੀ, ਛੋਟੇ ਮੇਰਾ ਪੁੱਤਰ ਇਹਦੇ ਚੋਂ ਕਿਸ਼ ਕੱਢਦਾ, ਛੋੜ ਦਿਓ। ਛੋਟੇ ਕੀ ਕੀਤਾ? ਥੋੜ੍ਹਾ ਤੁਹਾਨੂੰ ਨਾਲ ਰਲਾਉਣਾ ਚਾਹੁੰਦਾ, ਕੀ ਕੀਤਾ ਚਾਚਾ? ਜ਼ਿੱਦ। ਵੱਡੇ ਨੇ ਦੌਲਤ ਵਧਾਉਣ 'ਚ ਇਜ਼ਾਫਾ ਕੀਤਾ, ਬਿਲ ਆਖਿਰ ਸਾਰੀ ਜਾਇਦਾਦ ਬਮਾਏ ਰਿਹਾਇਸ਼ੀ ਮਕਾਨ ਹਰ ਸ਼ੈ ਦੇ ਛੋੜੀ, ਨਬੀ ਦੀ ਜ਼ੁਲਫ ਦਾ ਇਕਵਾਲ ਬਚਾ ਲਿਆ। ਜਿੱਥੇ ਜਿੱਥੇ ਮੇਰੀ ਗੱਲ ਸੁਣ ਰਹੇ ਹੋ, ਕਲਮ ਗੋ ਹਰ ਅਮੀਰ ਗਰੀਬ ਬੋਲ ਕੇ ਆਖੇ ਭਲਾ ਹੋਵੇ, ਕੀ ਹੋਵੇ? ਜਿਹਦਾ ਕਲਮਾ ਪੜ੍ਹ ਕੇ ਅਸੀਂ ਮੁਸਲਮਾਨ ਹਾਂ, ਉਹਦੇ ਵਾਲ ਦੀ ਇੰਨੀ ਕਦਰ ਕੀਤੀ ਸੀ। ਇੱਕ ਵਾਰੀ ਫਿਰ ਸਾਰੇ ਬੋਲੋ, ਆਖੋ ਭਲਾ ਹੋਵੇ, ਭਲਾ ਹੋਵੇ। ਸਾਡੇ ਨਬੀ ਦੇ ਇੱਕ ਵਾਲ ਦੀ ਇੰਨੀ ਕਦਰ ਕੀਤੀ, ਹਰ ਸ਼ੈ ਦੇ ਛੋੜੀ, ਸਾਰੀ ਜਾਇਦਾਦ ਦੇ ਛੋੜੀ। ਕਿਸੇ ਟਾਈਮ ਉਹ ਸੰਦੂਕ 'ਚ ਵਾਲ ਵਾਲੀ ਕਹਿ ਵੇਲੇ ਹਾਂ ਨਾਲ ਲੈਂਦਾ, ਕਹਿ ਵੇਲੇ ਸਰ 'ਤੇ ਰੱਖਦਾ, ਕਿਸੇ ਟਾਈਮ ਬੋਸੇ ਦਿੰਦਾ। ਕੁਛ ਦਿਨਾਂ ਤੋਂ ਬਾਅਦ ਦਿਲ 'ਚ ਸ਼ੌਕ ਪੈਦਾ ਹੋਇਆ, ਵੇਖਾ ਜਾਂਦਾ ਇੱਕ ਵਾਲ ਐਡਾ ਸੋਹਣਾ ਹੈ, ਉਹ ਅੱਲਾ ਜਾਣੇ ਆਪ ਕਿਹੜਾ ਸੋਹਣਾ ਹੋ ਸੀ। ਜਾਂਦਾ ਇੱਕ ਵਾਲ ਇਤਨਾ ਸੋਹਣਾ ਹੈ, ਉਹ ਆਪ ਕਿਹੜਾ ਸੋਹਣਾ ਹੋ ਸੀ। ਨਬੀ ਦੀ ਜ਼ਿਆਰਤ ਦਾ ਸ਼ੌਕ ਪੈਦਾ ਹੋਇਆ, ਕਹਿੰਦੀ ਸਾਡੇ ਤੁਹਾਡੇ ਨਬੀ ਪਾਕ ਦੀ ਜ਼ਿਆਰਤ ਦਾ ਸ਼ੌਕ। ਬਿਸਮਿਲ੍ਲਾ ਜੀ। ਫਿਰ ਆਪਣੇ ਆਪ ਨੂੰ ਆਖਦਾ, ਯਾਰ ਤੂੰ ਗਰੀਬ ਹੋ ਗਿਆ, ਕੀ ਹੋ ਗਿਆ? ਕੁਛ ਵੀ ਨਹੀਂ ਤੇਰੇ ਪੱਲੇ, ਨਾ ਤੇਰੇ ਕੋਲ ਜਾਇਦਾਦ ਹੈ, ਨਾ ਕੋਈ ਰਿਜ਼ਕ ਹੈ, ਨਾ ਕੋਈ ਜ਼ਾਤ ਦੇ ਰਾਹ ਹੈ, ਸਫ਼ਰ ਦਾ ਖਰਚ ਹੈ, ਨਾ ਕੁਛ ਖਾਣ ਪੀਣ ਨੂੰ ਹੈ। ਅੱਲਾ ਜਾਣੇ ਕਿਤਨਾ ਲੰਬਾ ਸਫ਼ਰ ਹੋ ਸੀ, ਕਿੰਝ ਪਹੁੰਚਾਂ? ਆਪਣੇ ਆਪ ਨੂੰ ਆਖਦਾ, ਕੁਝ ਰਸਤਾ ਪੈਦਲ ਚਲਸਾਂ, ਕੁਛ ਦੌੜ ਪੋਸਾਂ, ਅਤੇ ਜਦਾਂ ਕਦਾਂ ਉਸਦੇ ਦਰਬਾਰ ਜਾ ਪਹੁੰਚਾਂ, ਇੱਕ ਨਿਗਾਹ ਸ਼ਫਕਤ ਮੇਰੇ ਵੱਲ ਵੇਖਸੀ, ਮੇਰੀ ਸਾਰੀ ਥਕਾਨ ਦੂਰ ਹੋਵੇ ਸੀ। ਇੱਕ ਨਿਗਾਹ ਸ਼ਫਕਤ ਮੇਰੇ ਵੱਲ ਵੇਖਸੀ, ਸਾਰੀ ਥਕਾਨ ਬੋਲੋ ਚਾ ਪਿਛਲੇ ਦੂਰ ਹੋ ਜਾਸੀ। ਛੋਟੇ ਭਾਈ, ਇਹ ਇਰਾਦਾ ਲੈ ਕੇ ਸਫ਼ਰ ਸ਼ੁਰੂ ਕੀਤਾ, ਨਬੀ ਦੀ ਜ਼ਿਆਰਤ ਦਾ ਸ਼ੌਕ ਲੈ ਕੇ ਯਮਨੀ ਤਾਜਰ ਦੇ ਪੁੱਤਰ ਸਫ਼ਰ ਸ਼ੁਰੂ ਕੀਤਾ। ਹੁਣ ਕੋਲ ਤਾਂ ਕੁਛ ਨਹੀਂ, ਭੁੱਖ ਲੱਗਦੀ ਏ, ਦਰਖਤਾਂ ਦੇ ਪੱਤੇ ਖਾਂਦਾ, ਚਸ਼ਮਿਆਂ ਦਾ ਪਿਆਸ ਲੱਗੀ ਲੱਗਦੀ ਏ ਤਾਂ ਪਾਣੀ ਪੀਂਦਾ, ਜੰਗਲੀ ਜਾਨਵਰ ਵੇਖਦਾ ਤਾਂ ਝਿਜਕਦਾ ਨਹੀਂ। ਕਾਫੀ ਤਵੀਲ ਸਫ਼ਰ ਕਰਨ ਦੇ ਬਾਅਦ ਸਰ ਜ਼ਮੀਨ ਯਸਰਬ 'ਤੇ ਆ ਪਹੁੰਚਾ। ਕਾਫੀ ਲੰਬਾ ਤੁਸੀਂ ਅਲੱਦਾ ਹੋ, ਬਹੁਤ ਤੂੰ ਪਿੱਛਾ ਦੀ ਮੈਂ ਬੇਟਾ, ਤੂੰ ਪਿੱਛਾ ਦੀ ਬੇਟਾ, ਇੰਨਾ ਕਾਲਾ ਮੇਰਾ ਪੁੱਤਰ, ਤੂੰ ਇੱਥੇ ਅੱਗੇ ਆ ਜਾ। ਤੁਸੀਂ ਇੱਕ ਦੂਸਰੇ ਨਾਲ ਹੱਸਦੇ ਬੈਠੇ ਹੋ, ਤੂੰ ਅੱਗੇ ਆ ਜਾ, ਸਾਵੇ ਕੱਪੜਿਆਂ ਨਾਲ ਇੱਥੇ ਆਵੇ। ਕਾਫੀ ਤਵੀਲ ਸਫ਼ਰ ਕਰਨ ਦੇ ਬਾਅਦ ਕਿੱਥੇ ਆ ਪਹੁੰਚਾ? ਬੋਲੋ ਚਾ। ਯਸਰਬ। ਯਸਰਬ ਦੀਆਂ ਪਾਕ ਅਤੇ ਸਾਫ਼ ਹਵਾਵਾਂ ਨੇ ਇਹਦੇ ਬੱਦਰ ਨੂੰ ਮੁਅੱਤਰ ਕਰਨਾ ਸ਼ੁਰੂ ਕੀਤਾ। ਸਰ ਜ਼ਮੀਨ ਯਸਰਬ ਦੇ ਮਿੱਟੀ ਦੇ ਜ਼ਰੇ ਉੜ ਉੜ ਕੇ ਇਹਦੇ ਲਿਬਾਸ 'ਤੇ ਪਵਣ ਲੱਗ ਗਏ, ਤਬੀਅਤ 'ਤੇ ਸਕੂਨ ਮਹਿਸੂਸ ਕੀਤਾ। ਇੱਕ ਮਰਦਾਂ ਦੇ ਗਿਰੋਹ ਦੇ ਕੋਲ ਗਿਆ, ਟੋਲੇ ਦੇ ਕੋਲੋਂ ਸਲਾਮ ਵਾਲਾ ਹੈ,
ਆਖਦਾ ਭਾਈ ਮੇਰਾ ਸਲਾਮ, ਮੈਂ ਪਰਦੇਸੀ ਹਾਂ, ਮੁਸਾਫਿਰ ਹਾਂ, ਬੜਾ ਲੰਬਾ ਸਫ਼ਰ ਕਰਕੇ ਆਇਆ ਅਤੇ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਹੈ। ਤੁਹਾਡੇ 'ਚੋਂ ਹੈ ਕੋ ਮੈਨੂੰ ਦੱਸੇ ਜਿਹਨੂੰ ਅੱਲਾਹ ਦੀ ਰਹਿਮਤ ਅਤੇ ਕੁੱਲ ਆਖਦੇ ਨੇ, ਉਸੇ ਦਾ ਦਰਬਾਰ ਇਥਾਈ ਹੈ? ਜਿਹਨੂੰ ਅੱਲਾਹ ਦੀ ਰਹਿਮਤ ਅਤੇ ਕੁੱਲ ਆਖਦੇ ਨੇ, ਬਿਸਮਿਲ੍ਲਾ, ਉਸੇ ਦਾ ਦਰਬਾਰ ਇੱਥੇ। ਇਹਨਾਂ ਬੰਦਿਆਂ ਬੜੀ ਹੈਰਾਨਗੀ ਨਾਲ ਵੇਖਿਆ, ਵੇਖ ਕੇ ਆਖਦੇ ਨੇ ਭਾਈ ਪਰਦੇਸੀ ਮਾਲੂਮ ਹੁੰਦਾ, ਨਾ ਸਾਡੇ ਨਾਲ ਕੋਈ ਤੇਰਾ ਲਹਿਜਾ ਰਲਦਾ, ਨਾ ਲਿਬਾਸ ਰਲਦਾ, ਤੇਰੀ ਤਬੀਅਤ ਦੱਸਦੀ ਹੈ ਜੋ ਬੜਾ ਲੰਬਾ ਸਫ਼ਰ ਕੀਤਾ ਹੀ, ਅਤੇ ਤੈਨੂੰ ਦੱਸਾਂ ਕਹਿ ਨਹੀਂ, ਜਿਹਦੀ ਤੂੰ ਜ਼ਿਆਰਤ ਵਾਸਤੇ ਆਏ ਉਹ ਸੋਹਣਾ ਦੁਨੀਆ ਛੋੜ ਕੇ ਚਲਾ ਗਏ, ਜਿਹਦੀ ਤੂੰ ਜ਼ਿਆਰਤ ਵਾਸਤੇ ਆਇਆ ਉਹ ਸੋਹਣਾ ਦੁਨੀਆ ਛੋੜ ਕੇ ਚਲੇ ਗਏ। ਦੋ ਗੱਲਾਂ ਨੂੰ ਜਿਹੜੀਆਂ ਆਖੋ, ਜਿਹਦੀ ਤੁਹਾਨੂੰ ਸਮਝ ਲੱਗੇ ਮੈਂ ਉਹੀ ਆਖਾਂ। ਜਦੋਂ ਦੂਰ ਦੇ ਮੁਸਾਫਿਰ ਨੂੰ ਮੰਜ਼ਿਲ ਜਵਾਬ 'ਚ ਦੇਵੇ, ਕਿਨਾਰੇ ਲੱਗਦੀ ਕਿਸ਼ਤੀ ਨੂੰ ਸਾਹਿਲ ਜਵਾਬ 'ਚ ਦੇਵੇ, ਤਬੀਅਤ 'ਤੇ ਥਕਾਨ ਵਧੀ ਜ਼ਿਆਦਾ ਹੋਈ, ਆਪਣੇ ਨਸੀਬ 'ਤੇ ਰੋਣ ਲੱਗ ਪਿਆ, ਇੱਕ ਬਜ਼ੁਰਗ ਆਦਮੀ ਸਫੈਦ ਰੀਸ਼ ਇਹਦੇ ਕੋਲ ਆਇਆ, ਆਖਦਾ ਭਾਈ ਮੈਂ ਤੇਰੀ ਮਿੰਨਤ ਕਰਦਾ, ਤੂੰ ਰੋ ਨਾ, ਤੈਨੂੰ ਦੱਸਾਂ ਕਿਸੇ ਨਹੀਂ, ਜਿਹੜੇ ਇਸ ਨਗਰੀ ਦੇ ਸਰਦਾਰ ਹਨ ਉਹ ਰੋਵਣ ਕਿਸੇ ਨੂੰ ਨਹੀਂ ਦਿੰਦੇ। ਜਿਹੜੇ ਸ਼ਹਿਰ ਦੇ ਸਰਦਾਰ ਨੇ ਰੋਵਣ ਕਿਸੇ ਨੂੰ ਨਹੀਂ ਦਿੰਦੇ। ਇਹ ਆਖਦਾ ਯਾਰ ਮੈਂ ਪਰਦੇਸੀ ਹਾਂ ਅਤੇ ਮੈਂ ਬੜਾ ਲੰਬਾ ਸਫ਼ਰ ਕੀਤਾ ਹੈ, ਮੈਂ ਨਾ ਰੋਵਾਂ ਹੋਰ ਕੌਣ ਰੋਵੇ? ਬੰਦੇ ਆਖਿਆ ਤੈਨੂੰ ਆਖਿਆ ਰੋ ਨਾ, ਆਖਦਾ ਰੋਣ ਤੋਂ ਬਾਅਦ ਤਾਂ ਉਹ ਬੰਦਾ ਚੁੱਪ ਕਰਦਾ ਜਿਹਦਾ ਕੋਈ ਮਕਸਦ ਹੱਲ ਹੋਵੇ। ਮੈਂ ਜਿਹਦੀ ਜ਼ਿਆਰਤ ਦੀ ਖਾਤਰ ਆਇਆ ਉਹ ਦੁਨੀਆ ਛੋੜ ਕੇ ਚਲਾ ਗਿਆ। ਹੁਣ ਮੌਜਿਆਂ ਵਾਲਿਆਂ ਦਾ ਪਤਾ ਚੱਲ ਸੀ ਜੋ ਕਿੰਨੀ ਮਜ਼ਮੂਨ ਦੀ ਤਰਤੀਬ ਮੈਂ ਪੜ੍ਹਨਾ, ਇੱਥੋਂ ਹੀ ਮੈਨੂੰ ਅੰਦਾਜ਼ਾ ਹੋ ਜਾਣਾ ਮੈਂ ਕਿਤਨਾ ਪੜ੍ਹਨਾ। ਇਹ ਬਜ਼ੁਰਗ ਆਦਮੀ ਇਹਦਾ ਮੋਢਾ ਲਾ ਕੇ ਆਖਦਾ ਜਿਹਦੀ ਤੂੰ ਜ਼ਿਆਰਤ ਵਾਸਤੇ ਇੱਥੇ ਆਇਆ ਨਾ, ਉਸੇ ਮੁਹੰਮਦ ਦਾ ਇੱਕ ਨਵਾਸਾ ਜਿਹਦਾ ਨਾਂ ਹੁਸੈਨ ਹੈ। ਕਿਆ ਬਾਤ, ਉਸ ਬੜੀ ਮਿਹਰਬਾਨੀ, ਉਸੇ ਮੁਹੰਮਦ ਦਾ ਇੱਕ ਨਵਾਸਾ ਜਿਹਦਾ ਨਾਂ, ਸਾਰੇ ਬੋਲੋ ਚਾਹ, ਨੌ ਦੀ ਰਾਤ ਸਾਰੇ ਬੋਲੋ, ਉਹਦਾ ਨਾਂ ਕਿਵੇਂ ਹੁਸੈਨ ਹੈ। ਅਤੇ ਉਹ ਜਿਹੜਾ ਹੁਸੈਨ ਹੈ ਨਾ ਉਹ ਬੜਾ ਸਖੀ ਹੈ, ਅਤੇ ਜਿਹਦੀ ਤੂੰ ਜ਼ਿਆਰਤ ਵਾਸਤੇ ਹੈ ਉਸੇ ਦਾ ਨਵਾਸ ਹੈ। ਇੱਕ ਗੱਲ ਤੈਨੂੰ ਹੋਰ ਦੱਸੂੰ, ਉਸ ਹੁਸੈਨ ਦਾ ਅੱਲਾਹ ਨੇ ਉਹਨੂੰ ਇੱਕ ਪੁੱਤਰ ਦਿੱਤਾ ਜਿਹਦੀ ਸਾਰੀ ਸ਼ਕਲ ਉਹਦੇ ਨਾਂ ਨੇ ਮੁਹੰਮਦ ਵਾਂਗੂ ਹੈ। ਕਿਆ ਉਸ ਮੁਹੰਮਦ ਦਾ ਇੱਕ ਨਵਾਸ ਹੈ, ਅੱਲਾਹ ਨੇ ਉਹਨੂੰ ਇੱਕ ਪੁੱਤਰ ਦਿੱਤਾ, ਨਾ ਉਹਦਾ ਅਲੀ ਅਕਬਰ ਹੈ, ਅਤੇ ਉਹ ਹੁਸੈਨ ਬੜਾ ਹੀ ਸਖੀ ਹੈ, ਜਿਹੜਾ ਉਹਦੇ ਬੂਹੇ 'ਤੇ ਜਾਵੇ ਉਹਨੂੰ ਖਾਲੀ ਨਹੀਂ ਮੋੜਦਾ। ਇਹ ਆਖਦੇ ਫਿਰ ਮੈਂ ਯਾਰਾ ਪਰਦੇਸੀ ਹਾਂ, ਮਿਹਰਬਾਨੀ ਕਰੋ ਮੈਨੂੰ ਉਹਦੇ ਬੂਹੇ 'ਤੇ ਲੈ ਜਾਓ। ਕਿੱਥੇ ਲੈ ਜਾਓ? ਮੈਂ ਜੋ ਨਾ ਵਾਕਿਫ ਹਾਂ, ਉਹਦੇ ਬੂਹੇ 'ਤੇ ਲੈ ਜਾਓ, ਹੋ ਸਕਦਾ ਮੇਰੇ ਆਉਣ ਦਾ ਕੋਈ ਮਕਸਦ ਹੱਲ ਹੋਵੇ। ਇਹਨਾਂ ਬੰਦਿਆਂ ਇਹਨੂੰ ਨਾਲ ਲਾਇਆ, ਹਜ਼ਰਤ ਇਮਾਮ ਹੁਸੈਨ ਦੀ ਹਵੇਲੀ ਦੇ ਬੂਹੇ 'ਤੇ ਲੈ ਗਏ, ਦਸਤਕ ਦਿੱਤੀ। ਵਸਦੇ ਵੇਲੇ ਹਜ਼ਰਤ ਇਮਾਮ ਹੁਸੈਨ ਆਪਣੀ ਪਾਕ ਹਵੇਲੀ 'ਚੋਂ ਬਾਹਰ ਆਏ। ਇਹ ਮੁਲਕ ਯਮਨ ਦਾ ਵਸਦਾ ਤਾਜਰ ਹਜ਼ਰਤ ਇਮਾਮ ਹੁਸੈਨ ਦੇ ਕਦਮਾਂ 'ਤੇ ਡਹਿ ਪਿਆ, ਕਦਮ ਚੁੰਮੇ, ਫਿਰ ਛੋਟੇ ਬੇਟੇ ਹੱਥ ਚੁੰਮੇ, ਆਖਦਾ ਤੂੰ ਮੁਹੰਮਦ ਦਾ ਨਵਾਸ ਹੈ, ਆਖਦਾ ਮੈਂ ਹਾਂ। ਹੱਥ ਚੁੰਮਣ ਤੋਂ ਬਾਅਦ, ਚਿਹਰੇ ਦੀ ਜ਼ਿਆਰਤ ਕਰਨ ਤੋਂ ਬਾਅਦ ਹੱਥ ਬੰਨ ਕੇ ਆਖਦਾ ਸਰਦਾਰ ਮੈਂ ਹਾਂ ਤੁਹਾਡੇ ਨਾਨੇ ਮੁਹੰਮਦ ਦਾ ਜ਼ਵਾਰ, ਮੈਨੂੰ ਇੱਥੇ ਆ ਕੇ ਪਤਾ ਚੱਲਿਆ ਅੱਲਾ ਤੁਹਾਨੂੰ ਪੁੱਤਰ ਦਿੱਤਾ ਜਿਹਦੀ ਸ਼ਕਲ ਤੁਹਾਡੇ ਨਾਨੇ ਵਾਂਗੂ ਹੈ, ਹੁਸੈਨ ਮੇਰੇ 'ਤੇ ਮਿੰਨਤ ਲੈਣਾ,
ਮੈਨੂੰ ਪੁੱਤਰ ਦੀ ਜ਼ਿਆਰਤ ਕਰਾਉਂਦਾ। ਗਰੀਬ ਆਖਦਾ ਪੁੱਤਰ ਮੇਰਾ, ਮਾਲ ਮੇਰੇ ਅੱਲਾਹ ਦਾ ਹੈ, ਲੇਕਿਨ ਉਹ ਪੁੱਤਰ ਮੈਂ ਕਿਸੇ ਨੂੰ ਦੇ ਛੋੜਾ ਹੈ। ਕਿਆ ਉਹ ਪੁੱਤਰ ਮੈਂ ਕਿਸੇ ਨੂੰ ਦੇ ਛੋੜ। ਬੜੀ ਮਿਹਰਬਾਨੀ, ਬੜਾ ਰਾਜ਼ੀ, ਤੁਹਾਡੇ ਮਿਜ਼ਾਜ ਰਲਾਵਣ ਦੇ ਬੜਾ ਮਮਨੂਨ ਮਸ਼ਕੂਰ। ਪੁੱਤਰ ਮੈਂ ਕਿਸੇ ਨੂੰ, ਬਾਈ ਜੀ ਮੇਰੇ ਵੇਲੇ ਵੇਖਣਾ, ਉਹ ਪੁੱਤਰ ਮੈਂ ਕਿਸੇ ਨੂੰ ਦੇ ਛੋੜਾ। ਮੌਲਾ ਫਰਮਾਇਆ ਜਿਹਨੂੰ ਦਿੱਤਾ ਉਹਦੇ ਕੋਲ ਜਾਣਾ, ਉਹਦੇ ਕੋਲ ਪੁੱਛਣਾ, ਉਹਦੇ ਕੋਲ ਅਗਰ ਮੈਨੂੰ ਮਿਲ ਪਿਆ ਨਾ, ਤੈਨੂੰ ਪੁੱਤਰ ਦੀ ਜ਼ਿਆਰਤ ਕਰਵਾਉਣਾ। ਹਜ਼ਰਤ ਇਮਾਮ ਹੁਸੈਨ ਟੁਰਦਿਆਂ ਟੁਰਦਿਆਂ, ਬਜ਼ੁਰਗ ਪੜ੍ਹਦੇ ਹੁੰਦੇ ਹਨ, ਭੇਣ ਦੀ ਪਾਕ ਹਵੇਲੀ 'ਚ ਆਏ। ਆਲਿਮਾ ਗੈਰ ਮਲਮਾ ਸੈਣ ਇਜ਼ਤਾਂ ਵਾਲੀ ਬੀਵੀ, ਸ਼ਰਮਾ ਹਯਾਵਾਂ ਦੀ ਮਾਲਿਕ ਸੈਣ, ਬੇਰਾ ਨੂੰ ਆਉਂਦਾ ਵੇਖਿਆ ਇਹ ਤਰਾਮਨ ਉੱਠ ਖੜੇ, ਉੱਠ ਖੜੇ ਹੋਏ ਬੇਰਾ ਦੇ ਅੱਗੇ ਅਦਬ ਦਾ ਸਰ ਝੁਕਾ ਕੇ ਆਖਦੀ, ਹੁਸੈਨ ਅਗਰ ਮੇਰੇ ਨਾਲ ਕੋਈ ਗੱਲ ਆਈ, ਕੋਈ ਮਸ਼ਵਰਾ ਆਈ, ਪੈਗਾਮ ਭੇਜੋ ਆ, ਮੈਂ ਤੁਹਾਡੇ ਘਰ ਆ ਵਾਂ। ਹਾਂ ਗਰੀਬ ਦੇ ਬੁਲਾਇਆ ਇਸ ਵਾਸਤੇ ਨਹੀਂ, ਮੈਂ ਤਾਂ ਮੇਰੇ ਘਰ ਦੇ ਆਂਦਿਆਂ ਤਾਈਂ ਥੱਕ ਪੋਵੇ। ਕਿਆ ਬੁਲਾਇਆ ਇਸ ਵਾਸਤੇ ਨਹੀਂ, ਮੈਂ ਤਾਂ ਮੇਰੇ ਘਰ ਦੇ ਆਂਦਿਆਂ ਤਾਈਂ ਥੱਕ। ਬਿਸਮਿਲ ਮੌਲਾ ਫਰਮਾਇਆ ਨਾਲੇ ਜਿਹਨੂੰ ਗਰਜ਼ ਹੋਵੇ, ਗਰਜ਼ ਹੋਵੇ ਨਾ, ਉਹ ਬੰਦਾ ਟੁਰ ਕੇ ਆਉਂਦਾ। ਗਰਜ਼ ਵਾਲਾ ਬੰਦਾ ਬੋਲੋ ਕੀ ਕਰਦਾ? ਟੁਰ ਕੇ ਆਉਂਦਾ। ਮੌਲਾ ਫਰਮਾਇਆ ਗਰਜ਼ ਲੈ ਆਈਏ। ਹੁਣ ਇਹ ਲਫ਼ਜ਼ ਹੈ ਕੱਚੀ, ਇਹਦੀ ਬੜੀ ਕਦਰ ਹੈ, ਅੱਲਾ ਕਰੇ ਇੱਥੇ ਵੀ ਹੋਵੇਗੀ ਜੇ ਸਮਝਾ ਸਕਿਆ ਤਾਂ। ਇਮਾਮ ਹੁਸੈਨ ਠੰਡਾ ਸਾਹ ਭਰ ਕੇ ਆਖਿਆ, ਭੈਣ ਤੁਹਾਡੇ ਅਕਬਰ ਦੀ ਜ਼ਰੂਰਤ ਹੈ। ਕਿਆ ਮੈਂ ਰਾਜ਼ੀ ਹਾਂ, ਮੌਲਾ ਤੁਹਾਨੂੰ ਵਸਦਿਆਂ ਰੱਖੀ, ਤੁਹਾਡੇ ਅਕਬਰ ਦੀ ਜ਼ਰੂਰਤ। ਅਗਰ ਤੁਸੀਂ ਇਤਨਾ ਕੁਛ ਮੇਰੇ ਨਾਲ ਰਲਿਓ, ਅਗਲੇ ਲਫ਼ਜ਼ ਦੀ ਤੁਸੀਂ ਇਸ ਤੋਂ ਹੀ ਉੱਤੇ ਕਦਰ ਕਰਨੀ ਹੈ, ਜੋ ਮੈਂ ਤੁਹਾਡਾ ਜ਼ਿਹਨ ਦਾ ਅੰਦਾਜ਼ਾ ਲੈਣ ਵਾਸਤੇ ਗੱਲ ਕੀਤੀ। ਅਗਲੀ ਗੱਲ ਚਲੋ ਮੈਂ ਤੁਹਾਡੇ ਝੋਲੀਆਂ ਤੱਕ ਪਹੁੰਚਾ ਦੇਵਾਂ। ਮੌਲਾ ਫਰਮਾਇਆ ਤੁਹਾਡੇ ਅਕਬਰ ਦੀ ਜ਼ਰੂਰਤ ਹੈ। ਇੰਝ ਬਿਰਾਲ ਪੱਲੇ ਹੈਰਾਨਗੀ ਨਾਲ ਵੇਖ ਕੇ ਆਖਦੀ ਹੈ, ਅਕਬਰ ਦੀ ਜ਼ਰੂਰਤ ਅਤੇ ਅੱਜ ਮਦੀਨੇ। ਕਿਆ ਬਾਤ ਹੈ, ਤੁਹਾਡੇ ਵਾਅਦੇ ਨੂੰ ਦੇਰ ਨਹੀਂ। ਇਮਾਮ ਹੁਸੈਨ ਫਰਮਾਉਣ ਲੱਗੇ, ਉਸ ਵਾਅਦੇ ਨੂੰ ਬੜੀ ਦੇਰ ਹੈ, ਉਸ ਵਾਅਦੇ ਨੂੰ ਬੜੀ ਦੇਰ ਹੈ, ਲੇਕਿਨ ਇੱਥੇ ਮਦੀਨੇ 'ਚ ਤੇਰੇ ਨਾਨੇ ਦਾ ਜ਼ਵਾਰ ਹੈ, ਤੇਰੇ ਨਾਨੇ ਦਾ ਜ਼ਵਾਰ ਆਇਆ, ਤੇਰੇ ਪੁੱਤਰ ਦੀ ਜ਼ਿਆਰਤ ਕਰਦਾ। ਬੀਬੀ ਅਦੀ ਹੁਸੈਨ ਇਹਦੇ 'ਚ ਪੁੱਛਣ ਵਾਲੀ ਕਿਹੜੀ ਗੱਲ ਹੈ? ਤੁਸੀਂ ਮੇਰੇ ਕੋਲ ਪੁੱਛ ਰਹੇ ਹੋ, ਮੈਂ ਤੁਹਾਡੀ ਭੈਣ ਹਾਂ, ਲੈ ਜਾਓ ਗਿਣ ਵਜੋ। ਇਮਾਮ ਹੁਸੈਨ ਪੁੱਤਰ ਨੂੰ ਨਾਲ ਲਾ ਕੇ ਟੁਰੇ, ਭੈਣ ਬਿਰਾ ਦੇ ਅੱਗੋਂ ਵੱਲ ਆਈ, ਆਦੀ ਹੁਸੈਨ ਰੁਕ ਜਾਓ, ਮੈਂ ਪੁੱਤਰ ਨੂੰ ਤਿਆਰ ਕਰਦੀ ਹਾਂ। ਯਮਨੀ ਤਾਜਰ ਯਮਨ ਜਾ ਕੇ ਕੇ ਆਖ ਸੀ, ਅਕਬਰ ਕੋਈ ਗਰੀਬ ਮਾਂ ਦਾ ਪੁੱਤਰ ਹੈ। ਕਿਆ ਬਾਤ, ਅਕਬਰ ਕੋਈ ਗਰੀਬ ਮਾਂ ਦਾ ਪੁੱਤਰ ਹੈ। ਬੀਬੀ ਦੀ ਮੈਨੂੰ ਤਿਆਰ ਕਰ ਲਾਂ। ਪੁੱਤਰ ਨੂੰ ਚਾਚਾ ਜੀ ਬੀਬੀ ਲਿਬਾਸ ਤਬਦੀਲ ਕੀਤਾ, ਜ਼ੁਲਫਾਂ 'ਚ ਕੰਘੀ ਕੀਤੀ, ਖੁਸ਼ਬੂ ਲਾਈ, ਦੋ ਕੰਮ ਓਪਰੇ ਕਰਦੀ ਹੈ। ਕਿਤਨੇ ਕੰਮ? ਦੋ। ਕਿਹੜੇ? ਇੱਕ ਤਾਂ ਲੋਕ ਧੀਆਂ ਨੂੰ ਨਕਾਬ ਪਵਾਉਂਦੇ, ਅਕਬਰ ਦੇ ਪਾਲਣ ਵਾਲੀ ਮਾਂ ਇਹ ਇੰਜ ਕਰਕੇ ਨਾ ਪੁੱਤਰ ਨੂੰ ਨਕਾਬ ਪਵਾਵਿਆ। ਦੂਸਰਾ ਪੈਸ਼ਾਨੀ ਦੇ ਨਾਲ ਇੱਕ ਸਿਆਹ ਰੰਗ ਦੀ ਪੱਟੀ ਬਣਦੀ ਹੈ। ਪੱਟੀ ਕਿਉਂ ਬਣਦੀ ਮੌਜੀਆਂ ਵਾਲਿਓ? ਮੈਂ ਤੱਕਾ ਬਾਦ ਨਜ਼ਰ ਦੀ ਨਜ਼ਰ ਨਾ ਲੱਗ ਪੋਵੇ। ਪੁੱਤਰ ਨੂੰ ਤਿਆਰ ਕੀਤਾ, ਸੁਣ ਰਹੇ ਹੋ? ਬਿਸਮਿਲਾ ਇਸ਼ਾਰਾ ਕਰਕੇ ਆਖਸ ਲੈ ਜਾਓ ਗਿਣ ਵਜੋ। ਹਜ਼ਰਤ ਇਮਾਮ ਹੁਸੈਨ
ਆਪਣੀ ਪਾਕ ਹਵੇਲੀ ਤੋਂ ਬਹਿ ਰਿਹਾ। ਇੱਕ ਗੱਲ ਦਾ ਸਾਰੇ ਬੋਲ ਕੇ ਅਮੀਰ ਗਰੀਬ ਗੁੱਜਰ ਸੱਯਦ ਉਮਤੀ ਜਿਤਨੇ ਬੈਠੇ ਹੋ ਹਰ ਬੰਦਾ ਬੋਲ ਕੇ ਮੇਰੀ ਗੱਲ ਦਾ ਜਵਾਬ ਦੇਵੇ। ਕਿੱਡਾ ਸੋਹਣਾ ਵੇਲਾ ਉਹ ਸੀ ਜਦੋਂ ਦੋਵੇਂ ਪਿਓ ਪੁੱਤਰ ਰੱਲੇ ਆਪਣੀ ਹਵੇਲੀ 'ਚੋਂ ਬਹਿ ਰਹੇ ਹੋ ਸਨ। ਜਿਸ ਵੇਲਾ ਤੁਰ ਪਏ ਹਜ਼ਰਤ ਇਮਾਮ ਹੁਸੈਨ, ਉੱਥੇ ਆਣ ਚਾਚਾ ਜੀ ਆ ਖੋਲ ਬਾਣੀ, ਉੱਥੇ ਆਣ ਜਿਸ ਯਮਨੀ ਤਾਜਰ ਖੜਾ ਹੈ। ਮੌਲਾ ਫਰਮਾਇਆ, ਯਮਨੀ ਗੌਰ ਨਾਲ ਦੇਖ, ਇਹੋ ਮੇਰਾ ਅਖਬਾਰ ਹੈ, ਗੌਰ ਨਾਲ ਦੇਖ, ਇਹੋ ਮੇਰਾ ਰਾਜ਼ੀ ਹੈ। ਆਦਾ ਆਖਾ ਬੜਾ ਰਾਜ਼ੀ। ਇਮਾਮ ਹੁਸੈਨ ਫਰਮਾਇਆ, ਕੁਛ ਹੋਰ ਮੰਗ। ਆਦੇ ਮੌਲਾ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਮੇਰੀ ਬੜੀ ਜਾਇਦਾਦ ਆਈ, ਮੈਂ ਤੇਰੇ ਨਾਨੇ ਦੇ ਹਿਕਵਾਲ ਦੀ ਖਾਤਰ ਹਰ ਸ਼ੈ ਦੇ ਛੋੜੀਏ। ਹੁਸੈਨ ਮੇਰੇ ਵੱਲ ਵੇਖ, ਮੈਂ ਕਈ ਕਈ ਦਿਨਾਂ ਦੀ ਪਿਆਸ ਨਿਭਾਈਏ, ਮੈਂ ਪੈਦਲ ਸਫ਼ਰ ਕੀਤੇ, ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਇੱਕ ਵਾਰੀ ਮਿੰਨਤ ਲਓ, ਪੁੱਤਰ ਨੂੰ ਆਖੋ ਇਹ ਆਪਣੇ ਚਿਹਰੇ ਤੋਂ ਨਕਾਬ ਹਟਾਵੇ। ਮੈਂ ਤੇਰੇ ਪੁੱਤਰ ਦੀ ਜ਼ਿਆਰਤ ਕਰ ਲਵਾਂ। ਇਮਾਮ ਹੁਸੈਨ ਫਰਮਾਇਆ, ਅਕਬਰ ਚਿਹਰੇ ਤੋਂ ਨਕਾਬ ਉਠਾ, ਇਹ ਤੇਰੀ ਜ਼ਿਆਰਤ ਕਰਦਾ ਹੈ। ਅਕਬਰ ਨਕਾਬ ਉਲਟਣੇ ਸ਼ੁਰੂ ਕੀਤੇ ਨੇ, ਜਦੋਂ ਅਲੀ ਅਕਬਰ ਆਖਰੀ ਨਕਾਬ ਉਲਟਾ ਨਾ, ਯਮਨੀ ਦੀ ਨਜ਼ਰ ਪਈ, ਵੇਖ ਕੇ ਆਦੇ ਤਬਾਰਕ ਅੱਲਾਹ ਆਸਨੁਲ ਖਾਲਕੀਨ, ਕਿਹੜੀ ਬਾਬਰਕਾ ਤੇ ਉਹ ਜ਼ਾਤ ਜੇ ਇਹਦੀ ਸੋਹਣੀ ਸ਼ਕਲ ਬਣਾਈਏ। ਆਦੇ ਹੁਸੈਨ, ਅੱਲਾ ਦੀ ਕਸਮ ਹੈ, ਬੰਦਾ ਨਹੀਂ ਹੈ, ਫਰਿਸ਼ਤਾ ਹੈ। ਹੁਸੈਨ ਦੁਆ ਕਰੇ ਨਾ, ਸ਼ਾਲਾ ਹੈ ਸੋਹਣਾ ਪੁੱਤਰ ਪਛ ਪੋਵੀ। ਬਿਸਮਿਲ੍ਲਾ ਕਰਾ, ਰਾਜ਼ੀ ਹੈ ਆਕਾ ਬੜਾ ਰਾਜ਼ੀ, ਆਕਾ ਬੜਾ ਰਾਜ਼ੀ। ਮੌਲਾ ਫਰਮਾਇਆ, ਕੁਛ ਹੋਰ ਮੰਗ। ਆਖਦਾ ਹੁਸੈਨ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਮੌਲਾ ਫਰਮਾਇਆ, ਪਰੇਸ਼ਾਨ ਹੋ ਕੇ ਨਹੀਂ ਮੰਗਣਾ, ਜੋ ਤੇਰਾ ਦਿਲ ਕਰਦਾ ਮੈਂ, ਜੋ ਤੇਰਾ ਦਾਦਾ ਜੋ ਤੇਰਾ ਦਿਲ ਕਰਦਾ ਮੈਂ। ਆਖਦੇ ਮੌਲਾ, ਫਿਰ ਅਤਾ ਕਰ ਦਿਓ ਨਾ, ਇਤਨਾ ਅਤਾ ਕਰੋ। ਮੈਂ ਸੁਣਿਆ ਮਦੀਨੇ 'ਚ ਜਦੋਂ ਤੁਹਾਡਾ ਨਾਨਾ ਪੈਦਲ ਚੱਲਿਆ ਨਾ, ਜ਼ਮੀਨ ਉੱਠ ਉੱਠ ਕੇ ਮੁਹੰਮਦ ਦੇ ਕਦਮਾਂ ਦੇ ਬੋਸੇ ਲੈਂਦੀ ਹੈ। ਪੁੱਤਰ ਨਵਾਕ ਥੋੜ੍ਹਾ ਜਿਹਾ ਟੁਰੇ, ਮੌਜਿਆਂ ਵਾਲੇ ਅਕਬਰ ਟੁੱਟਦਾ ਵਧੇ। ਚਾਚਾ ਜਿੱਥੋਂ ਅਕਬਰ ਪੈਰ ਚੈਂਦਾ, ਯਮਨੀ ਭੱਜ ਭੱਜ ਕੇ ਉੱਥੇ ਮੂੰਹ ਵੰਜ ਰੱਖਦਾ, ਪੈਰਾਂ ਦੇ ਨਿਸ਼ਾਨ ਚੁੰਮ ਕੇ ਆਦਾ ਵਧੇ। ਹਯਾਤੀ ਹੋ ਵੀ ਜਦ ਜਵਾਨੀ ਚੜਸੇ, ਡਾਢਾ ਸੋਹਣਾ ਉਸੇ। ਕਿਆ ਬਾਤ, ਰਾਜ਼ੀ ਆਕਾ ਬੜਾ ਰਾਜ਼ੀ। ਮਤਲਬ ਫਿਰ ਮੈਂ ਕੁਛ ਹੋਰ ਮੰਗ, ਮੇਰਾ ਦਿਲ ਕਰਦਾ ਤੂੰ ਮੰਗ, ਤੂੰ ਮੇਰੇ ਅਕਬਰ ਦਾ ਦਬਾਅ ਰੇ, ਤੂੰ ਮੰਗ, ਮੈਂ ਹੁਸੈਨ ਅਤਾ ਕਰਾਂ। ਅਗਦੇ ਮੌਲਾ, ਮੈਂ ਕੀ ਮੰਗਾਂ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਹੁਸੈਨ ਸ਼ਾਲਾ ਤੂੰ ਆਬਾਦ ਹੋਵੇਂ, ਸ਼ਾਲਾ ਅਕਬਰ ਜੀ ਵੀ। ਹੁਸੈਨ ਫਿਰ ਅਤਾ ਕਰਦਾ ਨਾ, ਇੱਕ ਗੱਲ ਮੈਂ ਹੋਰ ਸੁਣੀ ਹੈ, ਜਦੋਂ ਤੁਹਾਡਾ ਨਾਨਾ ਮਿੰਬਰ 'ਤੇ ਬਹਿ ਕੇ ਬੋਲਿਆ ਨਾ, ਪਰਿੰਦੇ ਰੁਕ ਰੁਕ ਕੇ ਇੰਝ ਫਿਰ ਫਿਰ ਕੇ ਮੁਹੰਮਦ ਦੀ ਆਵਾਜ਼ ਸੁਣਦੇ ਹਨ। ਪੁੱਤਰ ਨੂੰ ਆਖ ਥੋੜ੍ਹਾ ਜਿਹਾ ਬੋਲੇ, ਮੈਂ ਤੇਰੇ ਨਾਨੇ ਦਾ ਲਹਿਜਾ ਸੁਣ ਲਾਂ। ਅਲੀ ਅਕਬਰ ਇੱਕ ਤਿਲਾਵਤ ਕੀਤੀ ਆਇਤ, ਜਿਹਦੇ ਆਖਰੀ ਲਫ਼ਜ਼ ਹਨ ਇੰਨਾ ਲਿਲਾ ਹੋਏ ਵਾ ਇੰਨਾ ਇਲਾ ਰਾਜੂ। ਮਤਲਬ ਫਰਮਾਇਆ, ਰਾਜ਼ੀ ਆਖ ਬੜਾ ਰਾਜ਼ੀ। ਹਜ਼ਰਤ ਇਮਾਮ ਹੁਸੈਨ ਫਰਮਾਇਆ, ਕੁਛ ਹੋਰ ਮੰਗ। ਆਖਦੇ ਮੌਲਾ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਮੌਲਾ ਫਰਮਾਇਆ, ਨਾ ਮੰਗਦਾ ਗਰੀਬ ਸਮਝਾਈ, ਨਾ ਮੰਗਦਾ ਕਿ ਸਮਝਾਈ ਨਿੱਕਾ ਬੇਟਾ ਕਿ ਗਰੀਬ ਸਮਝਾਈ। ਆਖਦੇ ਮੌਲਾ, ਫਿਰ ਅਤਾ ਕਰ ਦਿਓ ਨਾ, ਇੱਕ ਗੱਲ ਮੈਂ ਹੋਰ ਸੁਣੀ ਹੈ। ਹੁਣ ਬੰਦੇ ਬੜੇ ਬੜੇ ਅਮੀਰ ਦੁਨੀਆ 'ਤੇ, ਨਿਆਜ਼ ਹੁਸੈਨ ਗੱਲ ਸੁਣਿਆ ਅਦਾਦਾਰੋਂ। ਯਮਨੀ ਆਖਦਾ, ਹੁਸੈਨ ਮੈਂ ਸੁਣਿਆ ਜਦੋਂ ਤੁਹਾਡਾ ਨਾਨਾ ਸਾਹਾਬੀਆਂ ਦੇ ਦਰਮਿਆਨ ਮਿੰਬਰ 'ਤੇ ਬਵੇ ਆ, ਨਬੀ ਇੰਝ ਸੋਹਣਾ ਲੱਗਦਾ ਜਿਵੇਂ ਚੰਨ ਆਪਣੇ ਸਿਤਾਰਿਆਂ ਸੱਜੇ। ਪੁੱਤਰ ਨਵਾਖ, ਤੇਰੇ ਅਤੇ ਮੇਰੇ ਦਰਮਿਆਨ ਇੱਥੇ ਜ਼ਮੀਨ 'ਤੇ ਬਵੇ। ਇਮਾਮ ਹੁਸੈਨ ਫਰਮਾਇਆ, ਅਕਬਰ ਮੈਂ ਨਹੀਂ ਆਖਦਾ,
میں نہیں آدھا، میرے نانے دا زوار آخد ہے میرے اید درمیان مٹی تے بہ، حسین آکھے میں نہیں آخدا میرے نانے دا زوار آدھا ہے اتھے مٹی تے بہ، اکبر پیو دے کو ہاتھ جوڑ کے دے بابا تیری قسمے میں اکبر نو مٹی تے بہن دا ول نہیں آدھا، بابا میری بہن میری ماں مینو مٹی تے بہن نہیں دین دی، انشاءاللہ تارے بچڑے جیون جوانی ہوئی علی اکبر دا صدقہ، بڑا سونا جی میں تھوڑی محبت نال نوکری دے رہا ہوں، یمنی آخد ہے حسین اجازت کہ اجازت غریب آدھا کتے بہن ہے آخد ہے وطن کتے بولو وطن، یمنی آخد ہے میں وطن بہن ہاں، حسین رومن لگے یمنی پیراں تے ڈٹے آخد ہے حسین میں وطن دا نا لینا تسی روندے ہو، مولا فرمائے وطن واقعی پیاری شاہ اگر کوئی رہن دے وے تا ہن نہ جا، اے ویلا کسے شریف دے ٹرن دا نہیں، ہنیرا ہو گئے ہن نہ جا، ایک گل میں کردا موجیاں لے لیو مینو اج نامی دی رات ہے میں پیندا تسی پینو لفظ ایڈا جی جتھے یاد اسی اکھ واس پوسے، یہ لفظ پورے مضمون جملے چ جڑا مینوں بہو پسند ہے وہ میں تھوڑی نظر کرن لگا تھوڑی جھولیاں تک پہنچان لگا، اگے تھوڑی مرضی جن تسے سن لو، امام حسین آخدا کھڑا یمنی ایک تا رات ایتھے رہ جا، مولا فرمائے نالے جڑی بہن نوں اے میں پتر دے چھوڑا نا اس میری بہن تیرے ال پیغام بھیجے تینوں میری بہن پہ آخ دیے توں اے میرے اکبر دا زوار، آج دی رات تو میرا مہمان راسے تیرا کھانا میں آلیا ہاتھا نال بڑے سا، کیا بات ہے میں راضی ہوں الحمدللہ، بس مقصد ہی پورا ہو گیا، یمنی رہ گیا، مولا فرمایا تیں اتنے سوال کیتے تیں جو منگا ہے میں حسین پورا کیتا ہے، ایک گل ہے جی پورے جن قصیدے دا مکتا شعر ہوندا ہے آخری ایک گل دی مکتا ان سمجھو مکتا گل ہے جی تسی سمجھ لئی ایک اتھر دا اضافہ ہو جا سی، مولا فرمایا یمنی اتنے سوال کیتے نہیں اتنے سوال کیتے نہیں تو جو منگا ہے میں پورا کر چھوڑا ہے، ایک گل میں حسین پوچھاں جواب دے سے، جواب بولو چاہ جواب دے سے، آخدے حکم کرو، مولا فرمایا یمنی تیرا اکبر جیاں سونا پتر ہوئے پردیس ہوئے تینو کوئی بندہ اطلاع دے وے جو تیرے پتر دے پیر اچ کنڈا چھپ گئے، پتر دے پیر اچ کنڈا کڈ لے سے قدماں تے ڈٹھا یا دے مولا کنڈا کڈن تو دور دی گل میں سن کے مر جا سا، امام فرمایا جاں چھوٹے نو ویکھ کے ایڈا خوش ہوئے نا جدو میں عید دے سینے چو پھل کڈ سا 18 سالاں دا جوان ہو سی، کیا بات ہے انشاءاللہ تہاڈے بچڑے دیلن بھائی کیا بات ہے جوانی ہو انشاءاللہ جدا میں عید دے سینے چو پھل کڈ سا مڈا اکبر 18 سالاں دا جوان ہو سی، میرا دل کردا پہ میں اج تھانو جوگ دے رنگ وچ نثر سناواں، ہیں اتھر آ جاوے اپنے گناہ دی بخشش واسطے میرے واسطے دعا کر لو، جڑے جوان بیٹھے ہو ایک گل میری ذہن وچ رکھا ہے جتنی دیر میں پڑھا اے این سمجھو اے میرے سر دا پٹکا ہے، اے پٹکا ہے پگ گئے امیر غریب دے پیراں تے، اے چھوٹے میرے پتراں جڑے ہم عمر نے انہاں دے پیراں تے بزرگاں ساریاں دے قدماں تے، بے نیازی نہ کریں جنی دیر پڑھاں کیوں کربلا دے میدان وچ سیداں دے سب تو وڈے قضیے دا نام ہی علی اکبر ہے، علی اکبر او شہید ہے جدی شہادت تے جندی لاش تے علی دیاں دھیاں پتھراں دا ماتم کیتا ہے، بسم اللہ کراں جی، بس اے منت ہے اگے جتنا تھوڑی مرضی آکھے جی اتنا وصول کر لو ہے جی، بسم اللہ کرا، بسم اللہ آخ دے مولا میں سن کے، مولا فرمایا جدو میں پھل کڈنا ہے اے میرا پتر 18 سال کنے مردہ 18 سال اندر جوان سی، بسم اللہ جی آو آگن شاہ مسئلہ جی اچھا بسم
ਉਹ ਨਹੀਂ ਉਭਰਿਆ ਹੈ ਜਿਹੜੀ ਨਿਵਾਰ ਹੁਸੈਨ ਦਾ ਅਕਬਰ ਲੱਥਾ ਹੈ। ਉਹ ਨਹੀਂ ਉਭਰਿਆ ਹੈ ਜਿਹੜੀ ਨਿਵਾਰ ਜ਼ਹਰਾ ਦੀਆਂ ਧੀਆਂ ਲੁੱਟੀਆਂ। ਕਿਆ ਬਾਤ ਹੈ, ਨਮਾਜ਼ ਸੁਬਲੇ ਤਾ ਕੀ ਬਾਤ, ਤੂੰ ਫਾਰਗ ਥੀ ਕਿ ਆਪਣੀ ਥੋੜੀ ਜਿਹੀ ਫੌਜ ਦਾ ਮੁਲਾਹਲਾ ਕੀਤਾ ਹੈ ਹੁਸੈਨ। ਨਿੱਕੇ ਬੇਟੇ ਨਮਾਜ਼ ਸੁਬਹ ਦੇ ਤਾ ਕੀ ਬਾਤ ਤੂੰ ਫਾਰਗ ਹੋ ਕੇ ਥੋੜੀ ਜਿਹੀ ਫੌਜ ਦਾ ਮੁਲਾਹਲਾ ਕੀਤਾ ਕਾਹੇ ਹੁਸੈਨ? ਵੱਧ ਟੁਰਦਾ ਟੁਰਦਾ ਉੱਥਾ ਹੈ ਜਿੱਥੇ ਮੇਰੇ ਮੌਲਾ ਉਹਦਾ ਸੋਹਣਾ ਪੁੱਤਰ ਅਕਬਰ ਖਲੋਦਾ। ਪੁੱਤਰ ਦਾ ਹੱਥ ਨੱਪ ਕੇ ਟੁਰ ਪੀਆ ਟੁਰਦਾ ਖੜਦਾ ਜਿੱਕੀਆਂ ਜਾਈ ਗੁਲੇ ਲਾ ਟਿੱਬੇ ਦੀ ਗੇੜ ਦੇ ਨਾਲ ਲਾ ਕੇ ਮਿੱਟੀ ਤੇ ਬਹਿ ਗਏ। ਪੁੱਤਰ ਦਾ ਮੁਖਾਤਿਬ ਤੀ ਕੇ ਫਰਮਾਇਸ ਅਕਬਰ ਮੇਰੇ ਲਾਓ ਲਿਖ ਦਵਾ ਸਰ ਚਾ ਮੇਰੇ ਅਲ ਵੇਖ ਮੈਂ ਤੇਰਾ ਗਰੀਬ ਪੀਵਾ। ਬਿਸਮਿਲਾ ਕਰਾ ਬਿਸਮਿਲਾ ਜਵਾਨੀ ਉਹਨੇ ਮੇਰੇ ਅਲ ਵੇਖ ਮੈਂ ਤੇਰਾ ਗਰੀਬ ਪੀਵਾ। ਬਾਬਾ ਦੱਸ ਮੈਨੂੰ ਦੇਖ, ਬਾਬਾ ਕੀ ਆਖਦਾ ਮੈਨੂੰ ਦੇਖ, ਹਿਆਂ ਵਾਲਾ ਪੁੱਤਰ ਜ਼ਮੀਨ ਵਾਲੇ ਪਾਸੇ ਰਹਿੰਦਾ ਹੈ, ਇੱਕ ਅੱਧ ਪੁੱਤਰ ਦੀ ਪਛਾਣੀ ਤੇ ਰੱਖਿਆ ਹੈ, ਦੂਜਾ ਦਾੜੀ ਤਲ ਰੱਖਿਆ ਤੇ ਮੈਨੂੰ ਦੇਖ ਮੈਂ ਤੇਰਾ ਰਾਸੀ ਪੀਵਾਂ। ਹੁਸੈਨ ਫਰਮਾਇਆ ਅਕਬਰ ਮੇਰੇ ਲਾਲ ਜ਼ਈਫ, ਹੁਣ ਮੈਂ ਤੁਹਾਡੀ ਬਹੁ ਇੰਤਜ਼ਾਰ ਕੀਤੀ ਹੈ, ਮੌਲਾ ਗਾਜ਼ੀ ਗਵਾਏ ਅਲੀ ਅਕਬਰ ਦੀ ਕਸਮ ਹੈ ਮੈਂ ਤੁਹਾਡੀ ਪੂਰੀ ਬਈ ਹੋ ਸਕਦਾ ਤੁਸੀਂ ਰਲ ਲਓ, ਹੁਣ ਮੇਰੇ ਕੋਲ ਹੋਰ ਨਹੀਂ ਹੁੰਦੀ, ਦਿਲ ਮੰਨੇ ਤਾਂ ਰੋ ਪਵਾਏ ਨਹੀਂ ਤਾਂ ਮੈਂ ਮਜ਼ਮੂਨ ਸੋਹਣੀ ਤਰਤੀਬ ਵਿੱਚ ਲੈ। ਹੁਸੈਨ ਫਰਮਾਇਆ ਅਕਬਰ ਅਕਬਰ ਮੇਰਾ ਪੁੱਤਰ ਜ਼ਈਫ, ਕਿਹੜੇ ਜ਼ਈਫ ਤੇ ਬੁੱਢੜੇ ਪਿਓ ਔਖੇ ਲੈ ਜਵਾਨ ਪੁੱਤਰ ਨਾਲ ਮਸ਼ਵਰੇ ਕਰਦੇ ਸਲਾਹੀ ਕਰਦੇ, ਤੂੰ ਮੇਰਾ 18 ਸਾਲਾਂ ਦਾ ਜਵਾਨ ਪੁੱਤਰ ਹੈ ਅਕਬਰ ਦੇ ਬਾਬਾ, ਹੁਕਮ ਕਰੋ ਗਰੀਬ ਦੇ ਅਕਬਰ ਇੱਕ ਗੱਲ ਪੁੱਛਣੀ ਹੈ, ਹਜ਼ਾਰਾਂ ਸਾਲ ਜ਼ਿੰਦਗੀ ਅੰਜਾਮ ਕੇ ਹੁੰਦੇ ਅਕਬਰ ਦੇ ਬਾਬਾ ਮੌਤ, ਗਰੀਬ ਦੇ ਜੇ 18 ਸਾਲ ਜ਼ਿੰਦਗੀ ਅੰਜਾਮ ਕੇ ਹੁੰਦੇ ਪਿਓ ਦੇ ਗਵਾਤ ਬਨ ਕਹਿ ਬਾਬਾ, ਨਾ ਤੂੰ ਇਬਰਾਹੀਮ ਨਾ ਮੈਂ ਇਸਮਾਇਲ, ਨਾ ਮੇਰੀ ਮਾਂ ਹਾਜਰਾ ਹੈ ਨਾ ਤੇਰੀ ਭੀੜ ਦੀ ਨਾ ਹੋਏ, ਨਾ ਮੈਂ ਮਾਂ ਤੂੰ ਪੁੱਛਦਾ ਨਾ ਤੂੰ ਭੇੜਾ ਤੂੰ ਪੁੱਛ, ਜਿਨ ਤੁਰੇ ਨੇ ਟੋਰ ਅਕਬਰ ਵੰਜਣ ਵਾਸਤੇ ਤਿਆਰੀ। ਕਿਆ ਬਾਤ ਹੈ ਬਾਈ, ਨਾ ਮੈਂ ਮਾਂ ਤੂੰ ਪੁੱਛਦਾ ਨਾ ਤੂੰ ਭੇੜਾ ਤੂੰ ਪੁੱਛ, ਮਸਲੇ ਕਿਉਂ ਪੁੱਛਦਾ, ਜਿਨ ਤੁਰੇ ਨੇ ਟੋਰ ਅਕਬਰ ਜਾਣ ਵਾਸਤੇ ਤਿਆਰ ਹੈ। ਸੈਯਦਾ ਦੇ ਮਿਲ ਲਾਲ ਬੁੱਢੜਾ ਪਿਓ ਸਦਕੇ ਵੰਜੀ, ਇੰਨੀ ਜਲਦੀ ਨਾ ਕਰ ਅੱਜ ਵੰਜ, ਊ ਮਾਂ ਕੁਮਿਲਾ ਜੇ 18 ਸਾਲ ਤੈਨੂੰ ਪੁੱਤਰ ਨਹੀਂ ਛੱਡਿਆ, ਸੱਕੀ ਮਾਂ ਨੂੰ ਮਿਲਾ। ਬਿਸਮਿਲਾ ਕਰੋ ਅਕਬਰ ਦੇ ਬਾਬਾ, ਬਾਬਾ ਬਾਬਾ ਮਾਂ ਕੁ ਮੇਰਾ ਤੋਕਾ ਮਿਲਾਇਆ ਰਾਤ ਦਾ ਮਿਲ, ਬਿਸਮਿਲਾ ਮਾਂ ਕੁ ਮੇਰਾ ਤੋਕਾ ਮਿਲਾਇਆ ਸੈਯਦ ਅਦਲਾ ਰਾਤ ਕਿਹੜੇ ਵੇ ਲੱਗੀਆਂ ਹਾਵੇ, ਹੁਣ ਨਿਆਜ਼ ਹੁਸੈਨ ਸੁਸਤੀ ਨਾ ਕਰੇ ਅਕਬਰ ਦੇ ਬਾਬਾ, ਜਿਹੜੇ ਵੇਲੇ ਤੁਸੀਂ ਹੁਕਮ ਦਿੱਤਾ ਹੈ ਅੱਬਾ ਉਸਤੇ ਅਕਬਰ ਦਾ ਖੇਮੇ ਦਾ ਪਾਰਾ ਦੇ, ਮਤਾ ਸ਼ਾਮੀ ਸ਼ਬ ਖੂਨ ਚ ਮਾਰੇ ਬਾਬਾ ਮੈਂ ਪੈਰਾ ਦੇਂਦਾ ਪਿਆ, ਮੈਂ ਵਧੀ ਕਨਾ ਉਹਦੇ ਦਰਵਾਜ਼ੇ ਤੇ ਆਇਆ, ਮੈਂ ਕੁੱਚਾ ਚ ਆਖੇ ਅਕਬਰ ਇੱਥੇ ਹੀ ਰੁਕਵਾਇਆ, ਬਾਬਾ ਮੈਂ ਚਾਚੇ ਦਾ ਹੁਕਮ ਮਿਲ ਕੇ ਰੁਕੀ ਹਾਂ, ਬਾਬਾ ਮੇਰਾ ਚਾਚਾ ਖਿਆਮ ਮਿਟ ਗਏ ਮੇਰੇ ਵਾਸਤੇ ਕੁਰਸੀ ਲੈ, ਮੈਂ ਕਹਾਂ ਕਿ ਅਕਬਰ ਆ ਮੇਰੇ ਸਾਹਮਣੇ ਕੁਰਸੀ ਤੇ ਬਹਿ, ਮੈਂ ਕਿਹਾ ਤਾਂ ਵੀ ਇਜਾਜ਼ਤ ਨਹੀਂ ਦਿੰਦਾ ਤੇਰੇ ਸਾਹਮਣੇ ਕੁਰਸੀ ਤੇ ਕਿਵੇਂ ਮਾਵਾਂ, ਬਾਬਾ ਮੇਰੇ ਚਾਚੇ ਮੈਂ ਕਹਾਂ ਕਿ ਕੁਰਸੀ ਹੀ ਵਾਸਤੇ ਨਾ ਲੈਂਦਾ ਜੋ ਤੂੰ ਆ ਲਿਆ ਤਾਂ ਫਲੋੜ ਹੈ, ਕੁਰਸੀ ਇਸ ਵਾਸਤੇ ਲੈਂਦਾ ਤੇਰੇ ਜਿਹੀ ਸ਼ਕਲ ਵੱਧ ਦੁਨੀਆ 'ਤੇ ਜੰਮਣੀ ਕੋਈ ਨਹੀਂ, ਸੈਯਦ ਦੇ ਵੱਧ ਕੇ ਅਕਬਰ ਦੇ ਬਾਬਾ ਮੈਂ ਚਾਚੇ ਦਾ ਹੁਕਮ ਮੰਨ ਕੇ ਕੁਰਸੀ ਤੇ ਬਹਿ ਗਈਆਂ, ਜਦ ਅਕਬਰ ਅੱਖ ਮੈਂ ਕੁਰਸੀ ਤੇ ਬਹਿ ਗਈਆਂ ਸ਼ਬੀਰ ਦੀ
ਦੀ ਢਾਉ ਨਿਕਲ ਗਿਆ। ਕਹਿੰਦਾ ਅਕਬਰ ਤੂੰ ਤਾਂ ਕੁਰਸੀ ਤੇ ਬੈਠਾ ਹੈ ਤੇ ਮੈਂ ਨਾ ਫਿਰਾਂ। ਆਂਦਾ ਬਾਬਾ ਤੇਰੀ ਕਸਮ ਏ ਉਹ ਮਿੱਟੀ ਤੇ ਬਹਿ ਗਏ, ਮੇਰੀ ਡਾੜੀ ਚੁੰਮਦਾ ਰੋਂਦਾ ਅੱਜ ਭੇੜੀ ਹੋਈ ਆ। ਕਿਆ ਬਾਤ ਹੈ ਬਈ, ਕਿਆ ਬਾਤ ਹੈ ਬਈ, ਕਿਆ ਬਾਤ ਹੈ ਬਾਬਾ। ਜਵਾਨੀ ਆਉਣੇ ਭਾਈ ਬਾਬਾ ਬਾਬਾ ਮੇਰੇ ਚਾਚੇ ਮੈਂ ਕੁੱਖ ਅਕਬਰ ਕੁਰਸੀ ਤੇ ਬਹਿ ਕੁਰਸੀ ਤੇ ਬਹਿ ਸੈਯਦਾਂ ਦੇ ਵੱਤ ਕੇ ਅਕਬਰ ਦੇ ਬਾਬਾ। ਇੱਕ ਮੇਰਾ ਚਾਚਾ ਹੋਈ, ਦੂਆ ਮੇਰਾ ਉਸਤਾਦ ਹੋਈ ਬਾਬਾ। ਮੈਨੂੰ ਮੇਰੇ ਉਸਤਾਦ ਆਖੇ ਕੁਰਸੀ ਤੇ ਬਹਿ ਬਾਬਾ, ਮੈਂ ਕੁਰਸੀ ਤੇ ਬਹਿ ਗਈ ਹਾਂ। ਅਕਰ ਅਕਬਰ ਆਖੇ ਬਾਬਾ ਮੈਂ ਕੁਰਸੀ ਤੇ ਬੈਠਾ। ਹੁਸੈਨ ਆਂਦਾ ਤੂੰ ਤਾਂ ਕੁਰਸੀ ਤੇ ਬੈਠਾ ਤੇ ਮੇਰਾ ਫਿਰਾ। ਆਂਦਾ ਬਾਬਾ ਤੇਰੀ ਕਸਮ ਏ ਉਹ ਮਿੱਟੀ ਤੇ ਬਹਿ ਗਏ, ਮੇਰੀ ਡਾੜੀ ਚੁੰਮਦਾ ਰੋਂਦਿਆ। ਆਂਦਾ ਅਕਬਰ ਅੱਜ ਭੇੜੀ ਹੋ ਵੀ। ਕਿਆ ਬਾਤ ਹੈ, ਬਿਸਮਿਲਾ ਕਰਾਂ ਬਾਬਾ। ਅਲੀ ਅਕਬਰ ਦਾ ਸਦਕਾ ਜਵਾਨੀ ਮਾਣੋ, ਬਿਸਮਿਲਾ ਬਾਬਾ। ਬਾਬਾ ਮੇਰੇ ਚਾਚੇ ਮੈਨੂੰ ਆਖੇ ਅਕਬਰ ਤੂੰ ਮੁਹੰਮਦ ਬਣ ਕੇ ਕੁਰਸੀ ਤੇ ਬਹਿ, ਤੂੰ ਮੁਹੰਮਦ ਬਣ ਕੇ ਕੁਰਸੀ ਤੇ ਬਹਿ, ਮੈਂ ਅਲੀ ਬਣ ਕੇ ਤੇਰੇ ਸਾਹਮਣੇ ਮਿੱਟੀ ਤੇ ਬਹਿੰਦਾ। ਬਾਬਾ ਮੇਰੇ ਚਾਚੇ ਮੈਂ ਕੋ ਆਖੇ ਅਕਬਰ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੈ, ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੈ। ਅੱਜ ਮੈਂ ਸੱਕੀ ਮਾਂ ਨੂੰ ਮਿਲਾ, ਮੈਂ ਆਖੇ ਚਾਚਾ ਕਿਵੇਂ ਵੰਜਾ ਪੁੱਪੀ ਦਾ ਖੇਮਾ ਨਜ਼ਦੀਕ ਹੈ, ਮਤ ਮੇਰੀ ਪੁੱਪੀ ਦੇਖੇ ਮੇਰੇ ਤੇ ਨਾਰਾਜ਼ ਹੋਵੇ। ਬਾਬਾ ਮੇਰੇ ਚਾਚੇ ਮੈਂ ਕੋ ਆਖੇ ਤੂੰ ਮਾਂ ਨੂੰ ਮਿਲਾ, ਤੇਰੀ ਪੁੱਪੀ ਦਾ ਮੈਂ ਅੱਬਾਸਾ ਮਿਲਾ। ਬਾਬਾ ਜਿਹੜੇ ਮੈਂ ਕੋ ਚਾਚੇ ਦਾ ਮਾਲਤ ਦਿੱਤੀ ਹੈ, ਮੈਂ ਮਾਂ ਦੇ ਖੇਮੇ ਟੁਰ ਪਈ ਹਾਂ। ਬਾਬਾ ਮੈਂ ਮਾਂ ਦੇ ਖੇਮੇ ਜਾਇਆ, ਮੈਂ ਡਿੱਠਾ ਮੇਰੀ ਬੁੱਢੜੀ ਮਾਂ ਏ ਕੁਰਾਨ ਫੜਦੀ ਬੈਠੀ ਹੈ। ਮੈਂ ਕੁਆਂ ਦਾ ਨਿੱਠਾ ਦੀ ਇਸ਼ਾਰਾ ਕਰਕੇ ਆਦੀ ਹੈ ਹਯਾਤੀ ਹੋਈ ਭੁੱਲ ਗਈ ਹੈ ਤੇਰੀ ਮਾਂ ਦਾ ਖੇਮਾ ਨਹੀਂ। ਮੈਂ ਕੰਮ ਮੈਂ ਤੈਨੂੰ ਮਿਲਣ ਆਦੀ ਉੱਚਾ ਮਾਲ ਸਰ ਮਤ ਫੁੱਫੀ ਨਾਰਾ ਹੋਈ। ਕਿਆ ਬਾਤ ਹੈ ਭਾਈ, ਕਿਆ ਬਾਤ ਹੈ ਭਾਈ, ਬਿਸਮਿਲਾ ਬਿਸਮਿਲਾ। ਮੈਂ ਕੰਮਾ ਅੰਮਾ ਫੁੱਫੀ ਦਾ ਚਾਚਾ ਬਾਸ ਅਲਮਾ ਲਜ਼ਾਮਨੇ। ਬਾਬਾ ਜਦੋਂ ਮੈਂ ਚਾਚੇ ਦੀ ਜ਼ਮਾਨਤ ਰਸੀ ਹੈ, ਬਿਸਮਿਲਾ ਬਾਬਾ ਮੇਰੀ ਮਾਂ ਮੈਂ ਕੁੱਖ ਬਿਸਮਿਲਾ ਕਰਾਂ। ਤੇਰੀ ਮਾਂ ਦਾ ਖੇਮਾ ਨਜ਼ਦੀਕ, ਤੇਰੀ ਫੁੱਫੀ ਦਾ ਖੇਮਾ ਨਜ਼ਦੀਕ ਹੈ, ਮਤਲਬ ਫੁੱਫੀ ਨਾਰਾਜ਼ ਹੋਈ। ਮੈਂ ਖੇਮਾ ਫੁੱਫੀ ਦਾ ਚਾਚਾ ਬਾਸ ਮੈਨੇ, ਬਿਸਮਿਲਾ ਕਰਾਂ। ਬਾਬਾ ਜਦੋਂ ਮੈਂ ਚਾਚੇ ਦੀ ਜ਼ਮਾਨਤ ਰਸੀ ਹੈ, ਵਤ ਮੇਰੀ ਮਾਂ ਜਿਤਨੀ ਸਿੱਖਦੀ ਉਹਦੀ ਬਾਬਾ ਤੇਰੀ ਕਸਮ ਹੈ, ਮੇਰੀ ਮਾਂ ਮੈਂ ਕੋ ਮਿਲੀ ਨਹੀਂ। ਬਾਬਾ ਉਹ ਖੁੱਲਾ ਕੁਰਾਨ ਸਰਤ ਰੱਖਿਆ ਦੀ ਅੱਲਾ ਮੇਰੇ ਚਿੱਟੇ ਵਾਲਾਂ ਦਾ ਵਾਸਤਾ ਹੀ ਅੱਬਾ ਉਸਦੇ ਫਜ਼ਲ ਦੀ ਵੱਡੀ ਹਯਾਤੀ ਹੋਵੇ। ਮੁੱਦਤ ਤੋਂ ਬਾਅਦ ਮੈਂ ਕੋ ਅਕਬਰ ਦੀ ਜ਼ਿਆਰਤ ਕਰਾਈਏ, ਮੈਂ ਰੋਜ਼ ਤੂੰ ਆਈ ਮੰਗਦੀ ਆ। ਕਿਆ ਬਾਤ ਹੈ, ਮੈਂ ਰਾਜ਼ੀ ਹਾਂ, ਰਾਜ਼ੀ ਹਾਂ। ਹੁਸੈਨ ਦੇ ਅਕਬਰ ਕੋ ਐਡਾ ਸੋਹਣਾ ਰੋਫੇ ਭਲਾ ਭਾਈ ਧੀਆਂ ਦੇ ਪੜਦੇ ਹੋਣੀ, ਬਿਸਮਿਲਾ ਕਰਾਂ ਭਲਾ ਉਹਨੇ ਭਾਈ। ਚੱਲ ਅਲੀ ਅਕਬਰ ਦਾ ਸਦਕਾ ਤੁਹਾਡੀਆਂ ਭੈਣਾਂ ਤੁਹਾਡਾ ਪੱਲੂ ਬਲੇਲ ਹੁਸੈਨ ਦੀ ਬਿਸਮਿਲਾ। ਅਕਬਰ ਦੀ ਭੇਣ ਦਾ ਆਪਣਾ ਮੁਕੱਦਰ ਜਿਹੜੀ ਮਦੀਨੇ ਸਿੱਖਦੀ ਮਰ ਗਈ ਨਿਆ ਦੇ ਹੁਸੈਨ ਬਾਡਿਖਾਏ ਸੈਯਦਾਂ ਦੇ ਵੱਤ ਕੇ ਹੋਇਆ ਅਕਬਰ ਦੇ ਬਾਬਾ। ਬਾਬਾ ਮੇਰੀ ਮਾਂ ਮੈਂ ਕੁੱਖ ਹੁਣ ਜੇ ਮਿਲਣ ਹੈ ਫੁੱਫੀ ਦੀ ਬਿਸਮਿਲਾ ਕਰਾਂ। ਫੁੱਫੀ ਦਾ ਜ਼ਾਮਨ ਚਾਚਈ ਹੁਣ ਜੇ ਮਿਲਣ ਹੈ ਜਿਵੇਂ ਮਾਂ ਦਾ ਦਿਲੀ ਉਵੇਂ ਮਿਲ। ਮੈਂ ਆਖਿਆ ਮਾਂ ਹੁਕਮ ਕਰੋ। ਬਾਬਾ ਮੇਰੀ ਮਾਂ ਮੈਂ ਕੋ ਆਖੇ ਆ ਮੇਰੀ ਝੋਲੀ ਸੈਂਪੋ। ਮੈਂ ਕਿਹਾ ਮਾਂ ਝੋਲੀਆਂ ਬੱਚੇ ਸੰਭਲੇ, ਮੈਂ ਤੇਰਾ 18 ਸਾਲਾਂ ਦਾ ਜਵਾਨ ਪੁੱਤਰ। ਬਾਬਾ ਮੇਰੀ ਮਾਂ ਮੈਨੂੰ ਆਖੇ ਜਵਾਨ ਉਸੇ ਤਾਂ ਲੋਕਾਂ ਵਾਸਤੇ ਉਸੇ ਮੇਰੀ ਝੋਲੀ ਚਵਿਆ ਹੈ ਤਾਂ ਬੱਚਾ ਹੈ। ਮੈਂ ਤਾਂ ਅੱਲਾ ਦੇ ਡਰ ਤੋਂ ਤੇਰਾ ਚਿਹਰਾ ਖੜਾ ਹੀ ਨਹੀਂ ਡਿੱਠਾ। ਸੈਯਦਾਂ ਦੇ ਵੱਤ ਕੇ ਹੋਏ ਅਕਬਰ ਦੇ ਬਾਬਾ, ਮੈਂ ਮਾਂ ਦਾ ਹੁਕਮ ਮੰਨ ਕੇ ਮਾਂ ਦੀ ਝੋਲੀ ਸੈਂਪੀ ਹਾਂ। ਬਾਬਾ ਮੈਂ ਮਾਂ ਦੀ ਝੋਲੀ ਸੁਦਾ ਇੱਕ ਪਾਸੋਂ ਮੇਰੀ ਮਾਂ ਬਹਿ ਗਈ ਹੈ,
दूजे पास मेरी भेण मासूमा बह गई है बाबा मेरे नल गल्ला कर लिया यन बले परा हंडे बटन खोले लिया बाबा जले मेरा सीना फर गए मेरी माँ मेरा सीना चुमे मैं कमा पुत्रा दिया नाड़िया चुमी बाबा बाबा मेरी माँ मेरा सीना चुमे मैं कमा सीना क्यों चुमद बिस्मिल्ला सीना क्यों चुमदे आदि अकबर अधी रात को दे दिया सारी सारी रात तेरे पियू हुसैन नु निंदर नहीं आंदी उठी उठी के तेरा सीना चुमदई है रोंदई है अकबर दे बाबा इजाजत सैयद दे मेरे लाल बुढ़ा पियू सदके वली एडी जल्दी न कर उन्हें बीबिया नु मिला जड़िया तेनु देख के जी दी अकबर दी सवारी अल घोड़े दलाए उकाब के ना है बोलो के ना है उकाब उकाब तुहानू वड्डियां नूं पता है ये छोटे बच्चे नूं गल सवे तुहाडे खातर निक्के बैठे उकाब के ना है उकाब साडे तुहाडे नबी दी सवारी दा घोड़ा है मुहम्मद मुस्तफा दी सवारी दा घोड़ा है नबी दे टुर जान तो बाद उकाब चारा नहीं खांदा इमाम हुसैन करीब है खज उकाब चारा क्यों नहीं खांदा आधे किंज खावा तेरा नाना जो नहीं दिसदा हुसैन फिर मैं चारा खा सुन आड़ मैं हुसैन मैं तेरे नाल वादा करेंदा अल्लाह मैं को पुत्र रेसी जदी शक्ल मेरे नाने वांगू सी क्या बात है भाई क्या बात है जद मेरा पुत्र का अहम मकाम ते वैसी तेरी जीन ते चढ़ के वैसी हुसैन की तहवाद अकबर उकाव दीदी ने चाहे जीन ते सवार उमड़ लग गए दूजे पशु रकाव बिच हाथ आए अकबर दे बाबा बाबा तू नबियां दी लाजे तेरे सिर ते पग गई मामते मेरी रकाव बिच फेर कढ़ ले हाथ कढ़ ले मैं आपे चढ़ वैसा तुहाडा बचड़े जीवन हुसैन फरमाए अकबर पुत्र समेत के नहीं शहीद समेत के चढ़ा बनाया भला होने भाई बिस्मिल्ला करा अकबर दा जी बिस्मिल्ला अकबर घोड़े ते चढ़े जवानी होई खयाओ में चाहे खयाओ में घोड़ा नहीं जवान उनका जनादा वदा टूट दे पर दादा और इर्दा गिर्द हाला पाई वदीन कई अकबर दे हाथ वदी चुम दिए जिना दे हाथ ते मुंह नहीं वदे अकबर दे पैर दिया तलियों वदिया चुम दिए ये ये बच्ची आई निहाल दे वने हाँ मेरी दी हुसैन दी धी दा सदका शाला तेरे पर्दे हो अली अकबर दी भेण जड़ी मदीने रह गई ओ साढ़े सत साल दी है मौला गवाए चाचा जी मैं नहीं मंगवाई ये बच्ची आपे आई है बड़ी रूहानियत नाल सुनदा बैठे अल्लाह जाने इहो जिही भेण आई जड़ी अदी अकबर मैं रुल गई हाँ क्या बात है भाई शाला थाने बचड़े जीवन यार क्या बात है भाई बिस्मिल्लाह करा शाला तेरी जवानी नसीब होवे चाचा तेरियां धीयां दे पर्दे होवे बिस्मिल्लाह करा अकबर दा घोड़ा खयाम में चुबाहरावण लग गए यदई हकल मरिए दे अकबर बिस्मिल्लाह करा या बुढ़ा वैण है आज कोई होवे जड़ा वन जगाया मैं तलिया मलिया जागदा नहीं सजाद नु अकबर दी तैयारी दा पता कोई नहीं मौजियां ले लो निका बेटा काए हकल मारी है हुसैन दे सीने ते समण अली बीबी हकल मारी अखस कोई जगाओ मासूमा को पता लगा जल्दी दे नाल भेराओ दे को लईए इमाम सजाओ दे सीने ते सम गई है हौले हौले चेहरा ला के अज बैठे जागे अकबर टुरिया वेले पुफिया दे वाल खुल गए नी अस यके पै उजड़ दे आए सजाद वेले उठाए जल अकबर दा घोड़ा खयाम तू बाहर निकल गया दई हकल मारी अकबर मैं कला ओद लड़ चैनिया एक वारी रकाब ते झुक के खयाम दी हालत देख मौजा ले ले दई कला ओद लड़ चाए अकबर झुक के रिटे वेले सजाद ढाए के वाला उठदा वदा
ਆਦਾ ਮੈਨੂੰ ਮਿਲ ਲਵੇ ਤੁਸਾਂ ਸਾਰੇ ਸ਼ਹੀਦੋ ਮੈਂ ਉਹ ਗਰੀਬਾਂ ਜੈ ਬਾਲਾ ਔਰ ਦੇ ਹਰ ਮੋੜ ਤੇ ਕੁਸਣਾ ਹੈ ਹੁਸੈਨ ਦਾ ਅਕਬਰ ਮੇਲਾ ਉਹਨੇ ਚਾਹੇ ਹੁਣ ਪੁਰਸਾਂ ਨਾ ਪੜਸੇ ਤਾਂ ਅਲੀ ਅਕਬਰ ਦਾ ਹਿੱਸਾ ਹੱਕ ਰੱਖਸੇ ਜਿਨ੍ਹਾਂ ਡਿੱਠਾ ਹੈ ਦਿਲ ਹਯਾ ਕਰੋ ਮੁਹੰਮਦ ਮਦੀਨੇ ਲਾਓਗੇ ਲੜਦਾ ਲੜਦਾ ਹੁਸੈਨ ਦਾ ਅਕਬਰ ਲੱਥਈ ਹਾਏ ਖਰਚਾ ਅਕਬਰ ਲੱਥੇ ਸ਼ਬੀਰ ਦੀਆਂ ਅੱਖੀ ਦਾ ਨੋਰ ਮੁੱਕੇ ਪਿੱਧਰ ਲਾਸ਼ ਪਿੱਧਰ ਜਾਨੂ ਬਲਾ ਨੂੰ ਬਹਿ ਬਹਿ ਕੇ ਰਿੜ ਰਿੜ ਕੇ ਪੁੱਤਰ ਦੇ ਕੋਲ ਆਏ ਸਰ ਝੋਲੀ ਪਾ ਕੇ ਤੇ ਬੈਠੇ ਮੈਨੂੰ ਦੇਖ ਮੈਂ ਤੇਰਾ ਗਰੀਬ ਪਿਊਆ ਕਿਆ ਬਾਤ ਹੈ ਭਾਈ ਮੇਰਾ ਦੀਆ ਬਿਸਮਿਲਾ ਕਰਾ ਬੱਲਾ ਉਹਨੇ ਭਾਈ ਡਿੱਠੇ ਸੀਨੇ ਚ ਕੋਈ ਪੁਰਸੇ ਦਾ ਸਮਾਂ ਉਹਨੇ ਪੁੱਤਰ ਦੇ ਗੱਲ ਬਾਈ ਬਾਈ ਅਲੇ ਮੂੰਹ ਚੁੰਮੇ ਰੁਨੇ ਪੁੱਤਰ ਗੁੱਜਾ ਕੇ ਹਯਾ ਮਲੇ ਪਾਸੇ ਟੁਰਾਏ ਰੋਂਦਾ ਦੇ ਪੁੱਤਰ ਦੇ ਦੇਖਿਆ ਦਾ ਦੇ ਮੈਕੂ ਅਕਬਰ ਹੱਥ ਲਾ ਦੇ ਜੁਲ ਮੈਕੂ ਅਕਬਰ ਹੱਥ ਲਾ ਦੇ ਮੈਕੂ ਅਕਬਰ ਹੱਥ ਲਾ ਦੇ ਅਲੀ ਅਕਬਰ ਦਾ ਸਹੀ ਪੁਰਸਾ ਫੜੇ 17 ਕਦਮ ਕਿਤਨੇ ਕਦਮ 17 ਕਦਮ ਹੁਸੈਨ ਖਿਆਮ ਤੋਂ ਦੂਰ ਆ ਅਕਬਰ ਦਾ ਸਰ ਹੁਸੈਨ ਦੇ ਮੋਢੇ ਤੋਂ ਲਹਿਣ ਲੱਗੇ ਸੀਨੇ ਤੇ ਰੱਖਿਆ ਫਲ ਬਰਛੀ ਜਦ ਤੂੰ ਮੈਂ ਦਫਿਆ ਨਾ